ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੱਜ ਫਗਵਾੜਾ ਵਿਖੇ ਆਲ ਇੰਡੀਆ ਕੰਜ਼ੂਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਵੱਲੋਂ ਸ਼ਹਿਰ ਵਿੱਚ ਘੁੰਮਰੇ ਵਾਰਾ ਜਾਨਵਰਾਂ ਸੰਬੰਧੀ ਡੀਸੀ ਕਪੂਰਥਲਾ ਦੇ ਨਾਮ ਇੱਕ ਮੰਗ ਪੱਤਰ ਐਸਡੀਐਮ ਫਗਵਾੜਾ ਲਤੀਫ ਅਹਿਮਦ ਨੂੰ ਦਿੱਤਾ ਗਿਆ, ਜਿਸ ਚ ਇਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹਨਾਂ ਨਾਲ ਹੋ ਰਹੇ ਸੜਕੀ ਹਾਦਸਿਆਂ ਤੇ ਰੋਕ ਲੱਗ ਸਕੇ। ਇਸ ਮੌਕੇ ਨਿਧੀ ਵਾਲੀਆ ਨੇ ਕਿਹਾ ਹੈ ਕਿ ਪਸ਼ੂ ਪਿੰਡਾਂ ਤੋਂ ਆਉਂਦੇ ਹਨ, ਜਿਸ ਲਈ ਸਰਕਾਰ ਨੂੰ ਪਿੰਡਾਂ ਦੇ ਸਭ ਪਸ਼ੂ ਰੱਖਣ ਵਾਲੇ ਲੋਕਾਂ ਦਾ ਇੱਕ ਰਿਕਾਰਡ ਬਣਾਉਣਾ ਚਾਹੀਦਾ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਪੁਲਿਸ ਨੂੰ ਵੀ ਚੌਕਸੀ ਦਿਖਾਉਂਦੇ ਹੋਏ ਗੱਡੀਆਂ ਰਾਹੀਂ ਛੱਡੇ ਜਾ ਰਹੇ ਵਾਰਾ ਪਸ਼ੂਆਂ ਤੇ ਰੋਕ ਲਗਾਉਣੀ ਚਾਹੀਦੀ ਹੈ। ਨਿਧੀ ਵਾਲੀਆ ਨੇ ਕਿਹਾ ਹੈ ਕਿ ਗਊਸ਼ਾਲਾ ਦੀਆਂ ਹਾਲਤਾਂ ਵੀ ਮਾੜੀਆਂ ਹਨ। ਅੱਜ ਐਕਚੁਲੀ ਜੋ ਜਿਤਨੀ ਵੀ ਆਵਾਰਾ ਗਾਏ ਘੁੰਮ ਰਹੀ ਹੈ ਸੜਕੋਂ ਪੇ ਔਰ ਜਿਨਕੀ ਵਜ੍ਹਾ ਸੇ ਬੜੇ ਬੜੇ ਹਾਦਸੇ ਹੋ ਰਹੇ ਹੈ, ਉਨਕੇ ਵਜ੍ਹਾ ਸੇ ਹਮ ਲੋਗ ਨੇ ਮੰਗ ਪੱਤਰ ਦਿਆ ਇਨਕੋ। ਬਟ ਸਿਚੁਏਸ਼ਨ ਤੋ ਯਹੀ ਹੈ ਕਿ ਇਹ ਅਭੀ ਸਾਰੇ ਡਿਪਾਰਟਮੈਂਟਸ ਕੋ ਬੁਲਾਏਂਗੇ, ਆਪਣੀ ਪੂਰੀ ਇਨਕੁਆਇਰੀ ਕਰੇਂਗੇ, ਫਿਰ ਇਹ ਆਗੇ ਕੋਈ ਐਕਸ਼ਨ ਲੇਂਗੇ ਜਾਂ ਨਹੀਂ ਲੇਂਗੇ, ਇਸਕੇ ਬਾਰੇ ਮੈਂ ਤੋ ਅਭੀ ਪਤਾ ਨਹੀਂ ਹੈ, ਕਿਉਂਕਿ ਪ੍ਰੈਕਟੀਕਲੀ ਤੋ ਪੋਸੀਬਲ ਹੈ ਹੀ ਨਹੀਂ ਹੈ। ਇਹ ਤੋ ਕਹਿ ਰਹੇ ਕਿ ਹਮਾਰੀ ਰਿਸਪੋਂਸਿਬਿਲਿਟੀ ਹੈ, ਹਮ ਸਭ ਕੀ ਰਿਸਪੋਂਸਿਬਿਲਿਟੀ ਹੈ, ਪਰ ਕਾਓ ਸੈਸ ਲੈਣਾ ਸਿਰਫ ਇਨ੍ਹੀਂ ਕੀ ਰਿਸਪੋਂਸਿਬਿਲਿਟੀ ਹੈ, ਹਮਾਰੀ ਨਹੀਂ ਹੈ ਵਹਾਂ। ਪਰ ਗਊਸ਼ਾਲਾਓਂ ਕਾ ਵੀ ਜੋ ਹਮ ਲੋਗ ਕਹਿ ਰਹੇ ਹੈ ਕਿ ਵੋ ਬਿਲਕੁਲ ਨਹੀਂ ਲੇਤੀ ਹੈ। ਹਮ ਲੋਗ ਬੀਂਗ ਐਨ ਜੀ ਓ ਹਮ ਲੋਗ ਭੇਜਤੇ ਇੱਕ ਦੋ ਗਊਸ਼ਾਲਾਓਂ ਮੇਂ, ਪਰ ਹਾਲਤ ਗਊਸ਼ਾਲਾਓਂ ਕੀ ਵੀ ਬੁਰੀ ਹੈ। ਰਿਕਾਰਡ ਸਭ ਕੇ ਨਿਕਲਨੇ ਚਾਹੀਏ ਕਿ ਕਹਾਂ ਕਿਆ ਆ ਰਹਾ ਹੈ, ਕਹਾਂ ਜਾ ਰਹਾ ਹੈ, ਕੌਨ ਸੀ ਗਊਸ਼ਾਲਾ ਮੇਂ ਕਿਤਨੀ ਫੰਡਿੰਗ ਹੋ ਰਹੀ ਹੈ, ਕਿਤਨੇ ਬੱਛੜੇ ਹੈ, ਕਿਆ ਗਊਸ਼ਾਲਾਓਂ ਮੇਂ ਬੱਚੇ ਹੋਤੇ ਹੀ ਨਹੀਂ ਹੈ, ਸਿਰਫ ਬੱਚੀਆਂ ਹੀ ਹੋਤੀ ਹੈ। ਮੈਨੇ ਆਜ ਤੱਕ ਕਭੀ ਦੇਖੇ ਨਹੀਂ ਮੋਸਟਲੀ, ਔਰ ਇਤਨੇ ਬੱਚੇ ਸੜਕੋਂ ਪੇ ਕਹਾਂ ਸੇ ਆਤੇ ਹੈਂ ਯੇ ਵੀ ਨਹੀਂ ਪਤਾ। ਇਸ ਲਈ ਹਮ ਲੋਗ ਤੋ ਯਹੀ ਕਹੇਂਗੇ ਕਿ ਇੱਕ ਵਾਰ ਹਮ ਸਭ ਮਿਲ ਕੇ ਪ੍ਰੋਪਰਲੀ ਇਨੀਸ਼ੀਏਟਿਵ ਲੈ, ਕਿਉਂਕਿ ਸ਼ਹਿਰ ਕੀ ਇਹ ਪੈਦਾਵਾਰ ਨਹੀਂ ਹੈ, ਸ਼ਹਿਰ ਮੇਂ ਤੋ ਅਲਾਊਡ ਹੀ ਨਹੀਂ ਹੈ, ਪਿੰਡ ਵਾਲੋ ਕੇ ਹੈ ਯੇ, ਔਰ ਪਿੰਡੋ ਮੇਂ ਹੀ ਐਟਲੀਸਟ ਯੇ ਕਾਨੂੰਨ ਹੋਣਾ ਚਾਹੀਏ, ਸਰਪੰਚ ਕੀ ਡਿਊਟੀ ਹੋਣੀ ਚਾਹੀਏ ਕਿ ਰਿਕਾਰਡ ਦੇ ਕਿ ਕਿਤਨੇ ਪਸ਼ੂ ਹੈ, ਕਿਤਨੇ ਦੂਧ ਦੇ ਰਹੇ ਹੈ, ਕਿਤਨੇ ਨਹੀਂ ਦੇ ਰਹੇ। ਸਰਪੰਚ ਕੋ ਇਹ ਜ਼ਿੰਮੇਵਾਰੀ ਹੋਣੀ ਚਾਹੀਏ, ਜੋ ਵੈਟਨੇਰੀਅਨ ਡਾਕਟਰ ਹੈ ਵਹਾਂ ਪਰ ਉਸਕੇ ਪਾਸ ਰਿਕਾਰਡ ਹੋਣਾ ਚਾਹੀਏ ਕਿ ਕਿਤਨੇ ਦੂਧ ਦੇਣੇ ਵਾਲੇ ਪਸ਼ੂ ਹੈ, ਕਿਤਨੇ ਦੂਧ ਨਹੀਂ ਦੇਤੇ ਹੈ, ਔਰ ਵੋ ਕਹਾਂ ਜਾਤੇ ਹੈ, ਕੋਈ ਚਿਪਿੰਗ, ਕੋਈ ਉਨਕਾ ਕੋਈ ਡਾਟਾ, ਕੁਛ ਵੀ ਨਹੀਂ ਹੈ ਉਨ ਲੋਗੋਂ ਕੇ ਪਾਸ। ਐਟਲੀਸਟ ਇਹ ਡਾਟਾ ਅਗਰ ਆਪਕੇ ਹਾਥ ਮੇਂ ਆਏ ਤੋ ਆਪਕੋ ਪਤਾ ਤੋ ਚਲੇ, ਔਰ ਯੇ ਥੋੜਾ ਪੁਲਿਸ ਮਹਿਕਮੇ ਕੋ ਥੋੜੀ ਸੀ ਰਿਸਪੋਂਸਿਬਿਲਿਟੀ ਦੇਣੀ ਪੜੇਗੀ ਕਿ ਸ਼ਾਮ ਕੇ ਟਾਈਮ ਜਿਤਨੇ ਟਰੱਕ ਨਿਕਲਤੇ ਹੈ ਉਨਮੇਂ ਜੋ ਪਸ਼ੂ ਹੈ ਵੋ ਕਹਾਂ ਜਾ ਰਹੇ ਹੈ, ਜਹਾਂ ਜਾ ਰਹੇ ਹੈ ਵਹਾਂ ਕਾ ਐਡਰੈਸ, ਪ੍ਰੋਪਰ ਇਨਵੈਸਟੀਗੇਸ਼ਨ, ਪ੍ਰੋਪਰ ਪੇਪਰ ਲੈ ਕੇ ਗਾੜੀ ਚਲੇ, ਤਾਂ ਕਿ ਗਾੜੀ ਵਾਲੇ ਕੋ ਵੀ ਪਤਾ ਚਲੇ ਕਿ ਕੱਲ ਕੋ ਮੇਰੀ ਵੀ ਇਨਵੈਸਟ। ਇਸ ਮੌਕੇ ਗੁਰਮੀਤ ਸਿੰਘ ਸਾਥੀ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਵਾਰਾ ਪਸ਼ੂਆਂ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ, ਅਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਗਊਸ਼ਾਲਾ ਵਿੱਚ ਵੀ ਉਹੀ ਪਸ਼ੂ ਹਨ ਜੋ ਦੁੱਧ ਦੇ ਰਹੇ ਹਨ। ਉਹਨਾਂ ਕਿਹਾ ਹੈ ਕਿ ਐਸਡੀਐਮ ਫਗਵਾੜਾ ਵੱਲੋਂ ਉਹਨਾਂ ਨੂੰ ਇਸ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਅੱਜ ਹੀ ਅਸੀਂ ਇੱਕ ਮੰਗ ਪੱਤਰ ਦਿੱਤਾ ਖੁੱਲ੍ਹੇ ਅਤੇ ਅਵਾਰਾ ਜਾਨਵਰਾਂ ਦਾ ਉਚੇਚੇ ਤੌਰ 'ਤੇ ਪ੍ਰਬੰਧ ਕਰਨ ਸੰਬੰਧੀ। ਕੀ ਮੰਗ ਕੀਤੀ ਜਿਹੜੀ ਤੁਹਾਡਾ ਮੰਗ ਉਹਦੇ ਵਿੱਚ ਅਸੀਂ ਕੀਤੀ ਆ ਜੀ ਕਿ ਮਤਲਬ ਜਿਹੜੇ ਅਵਾਰਾ ਅਤੇ ਖੁੱਲ੍ਹੇ ਜਾਨਵਰ ਸੜਕਾਂ ਦੇ ਉੱਤੇ ਘੁੰਮ ਰਹੇ ਆ ਉਹਨਾਂ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ। ਇਹਨਾਂ ਦਾ ਅਸੀਂ ਮੈਮੋਰੈਂਡਮ ਜਿਹੜਾ ਆ ਐਸਡੀਐਮ ਸਾਹਿਬ ਨੂੰ 20 ਦਿਨ ਦਾ ਦਿੱਤਾ ਅੱਜ ਤੋਂ, ਅਤੇ 20 ਦਿਨ ਦੇ ਵਿੱਚ ਇਹਨਾਂ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ, ਇਹਨਾਂ ਦੇ ਰੱਖਣ ਦੀ ਕੋਈ ਯੋਗ ਥਾਂ ਬਣਾਈ ਜਾਵੇ। ਨਹੀਂ ਹੋਇਆ ਤਾਂ ਫਿਰ ਅਸੀਂ 20 ਤਰੀਕ ਤੋਂ ਬਾਅਦ ਅਸੀਂ ਆਪਣਾ ਜਿਹੜਾ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਕੇਸ ਨੂੰ ਅਸੀਂ ਫਾਈਲ ਕਰ। ਉਹ ਕੌਣ ਲੋਕ ਹੈ ਜਿਹੜੇ ਆਵਾਰਾਪੰਛੀ ਜਿਹੜੇ ਆਵਾਜਾਈ ਛੱਡਦੇ ਸ਼ਹਿਰਾਂ ਵੱਲੋਂ? ਇਹ ਤਾਂ ਵਿੱਚ ਰਲੇ ਮਿਲੇ ਹੀ ਆ ਜੀ, ਇਹ ਤਾਂ ਜਦ ਸਾਡੇ ਕੋਲੋਂ ਸਰਕਾਰ ਟੈਕਸ ਲੈ ਰਹੀ ਹੈ ਜੀ, ਗੋ ਸੈਸ ਲੱਗ ਰਿਹਾ ਪਬਲਿਕ ਨੂੰ, ਅਤੇ ਨਾਲੇ ਪਬਲਿਕ ਨੂੰ ਗੋ ਸੈਸ ਲੱਗ ਰਿਹਾ, ਨਾਲੇ ਪਬਲਿਕ ਉੱਦਾਂ ਪਰੇਸ਼ਾਨ ਆ, ਜਿਹੜੇ ਆਵਾਰਾ ਜਾਨਵਰ ਆ ਉਹ ਲੋਕਾਂ ਨੂੰ ਮਾਰ ਰਹੇ ਆ। ਕਿੱਥੋਂ ਆ ਰਹੇ ਆ ਆਵਾਰਾ ਜਾਨਵਰ, ਸ਼ਹਿਰ 'ਚ ਕਿੱਦਾਂ ਪੈਦਾ ਹੋਏ, ਮਤਲਬ ਕਿੱਥੋਂ ਆਏ? ਸ਼ਹਿਰ ਦੀ ਪੈਦਾ ਸ਼ਹਿਰ ਦੇ ਵਿੱਚ ਨਹੀਂ, ਇਹ ਪਿੰਡਾਂ ਦੇ ਵਿੱਚੋਂ ਆ ਰਹੇ ਆ। ਕਿਸ ਨਾਮ ਦਾ ਮੰਗ ਪੱਤਰ ਦਿੱਤਾ ਸੀ ਅੱਜ ਸਾਨੂੰ? ਅਸੀਂ ਮੰਗ ਪੱਤਰ ਦਿੱਤਾ ਹੈ ਜੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਆ, ਰਾਹੀਂ ਦਿੱਤਾ ਹੈ ਮਾਨਯੋਗ ਐਸਡੀਐਮ ਸਾਹਿਬ ਫਗਵਾੜਾ ਦੇ ਰਾਹੀਂ। ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹਨਾਂ ਨੇ? ਹੈ ਜੀ, ਉਹਨਾਂ ਕਹਿੰਦੇ ਜੀ ਕੋਈ ਗੱਲ ਨਹੀਂ, ਇਹ ਮਤਲਬ ਆਪਾਂ ਇਹਨੂੰ ਸਾਡੇ ਧਿਆਨ ਦੇ ਵਿੱਚ ਆਇਆ ਆ, ਅਸੀਂ ਜਿੰਨਾ ਵੀ ਜਲਦੀ ਤੋਂ ਜਲਦੀ ਹੋਵੇ ਇਸ ਮਸਲੇ ਨੂੰ ਸੁਲਝਾਵਾਂਗੇ ਜੀ। ਪਿਛਲੇ ਸਾਲਾਂ 'ਚ ਵੀ ਇੱਕ ਟੀਮ ਗਠਿਤ ਹੋਈ ਸੀਗੀ ਬਈ ਆਵਾਰਾ ਜਿਹੜੀ ਗਊਆਂ ਨੇ ਉਹ ਮਤਲਬ ਸਾਰੇ ਚੱਕ ਕੇ ਉੱਥੇ ਗਊਸ਼ਾਲਾ 'ਚ ਛੱਡਿਆ ਜਾਵੇ, ਪਰ ਲੋਕਾਂ ਨੇ ਵੀ ਕਹਿਣਾ ਵੀ ਗਊਸ਼ਾਲਾ ਵਿੱਚ ਛੱਡਦਾ ਹੋਵੇ, ਗਊਸ਼ਾਲਾ ਫਿਰ ਦੁਬਾਰਾ ਛੱਡ ਦਿੰਦੇ? ਗਊਸ਼ਾਲਾ ਛੱਡ ਦਿੰਦੇ ਆ ਜੀ, ਗਊਸ਼ਾਲਾ ਵਾਲੇ ਉਹੀ ਉਹਨਾਂ ਪਸ਼ੂਆਂ ਨੂੰ ਰੱਖਦੇ ਆ ਜਿਹੜੀਆਂ ਗਾਈਆਂ ਦੁੱਧ ਦਿੰਦੇ ਆ। ਜ਼ਿਆਦਾਤਰ ਤੁਸੀਂ ਜਾ ਕੇ ਦੇਖੋ ਗਊਸ਼ਾਲਾ ਦਾ, ਅਸੀਂ ਤਾਂ ਦੌਰਾ ਕੀਤਾ ਗਊਸ਼ਾਲਾ ਦਾ, ਉਹ ਉਹਨਾਂ ਦੇ ਵਿੱਚ ਜ਼ਿਆਦਾ ਤੁਹਾਨੂੰ ਗਊਆ ਜਿਹੜੀਆਂ ਗਾਈਆਂ ਆ ਦੁੱਧ ਦਿੰਦੀਆਂ ਉਹੀ ਮਿਲਣਗੀਆਂ, ਨਾ ਉਹਦੇ ਵਿੱਚ ਬੱਚੇ ਮਿਲਣਗੇ ਨਾ ਤੁਹਾਨੂੰ ਉਹਨਾਂ ਵਿੱਚ ਮੇਲ ਮਿਲੇਗਾ ਕੋਈ। ਉਹ ਸਾਰੇ ਇੱਥੇ ਸ਼ਹਿਰ ਛੱਡੇ ਹੋਏ ਆ? ਉਹ ਸਾਰੇ ਬਸ ਇੱਦਾਂ ਹੀ ਛੱਡੇ ਹੋਏ ਇਹਨਾਂ ਨੇ, ਗਊਸ਼ਾਲਾ ਵਾਲਿਆਂ ਦਾ ਮੀਂਹ ਪੋਤ ਹੋਇਆ ਇਹਨਾਂ ਦੇ ਨਾਲ। ਇਸ ਸਬੰਧੀ ਐਸਡੀਐਮ ਫਗਵਾੜਾ ਲਤੀਫ ਅਹਿਮਦ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਹਲਕੇ ਦੀਆਂ ਸਾਰੀਆਂ ਗਊਸ਼ਾਲਾ ਦੀ ਚੈਕਿੰਗ ਕਰ ਇਸ ਮਸਲੇ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਮੰਗ ਪੱਤਰ ਸੀਗਾ ਜੀ ਸੜਕਾਂ 'ਤੇ ਘੁੰਮ ਰਹੇ ਆ ਬਾਰਾਂ ਪਸ਼ੂਆਂ ਬਾਰੇ,
ਅਤੇ ਉਹਨਾਂ ਦੀ ਦੇਖਭਾਲ ਬਾਰੇ ਅਤੇ ਇਹ ਸੰਸਥਾ ਇਹ ਚਾਹੁੰਦੀ ਹੈ ਕਿ ਤੁਸੀਂ ਗਊਆਂ ਦੀ ਦੇਖਭਾਲ ਨਾਲ ਸਰਕਾਰ ਕਿਸਾਨ ਤੌਰ 'ਤੇ ਉਹਨਾਂ ਨੂੰ ਜੋ ਵੀ ਲੋੜ ਕਰਦੇ ਨੇ ਜ਼ਿੰਮੇਵਾਰ ਨੇ ਦੁੱਧ ਪੀਣ ਤੋਂ ਬਾਅਦ ਮਤਲਬ ਪਸ਼ੂ ਨੂੰ ਸਭ ਤੋਂ ਉਹਨਾਂ ਦੀ ਬਹੁਤ ਜਿਹੜਾ ਕਿੰਨੇ ਕਿਸਾਨ ਨੇ ਕਿੰਨੇ ਰੱਖੇ ਨੇ ਕੋਈ ਜਿਹੜਾ ਉਹ ਮੇਰਾ ਇਹ ਸਮਾਚਾਰ ਸੀ ਇੱਕ ਕਿੱਥੇ ਚਲਾ ਗਿਆ ਅਤੇ ਇਸ ਤਰ੍ਹਾਂ ਕਰਦਾ ਸੀ। ਗਊਸ਼ਾਲਾ ਜਿੰਨੀਆਂ ਵੀ ਸਬਜ਼ੀਆਂ ਦੇ ਵਿੱਚ ਹੈਗੀਆਂ ਸਾਰਿਆਂ ਦੇ ਪ੍ਰਬੰਧਕਾਂ ਨੂੰ ਬੁਲਾਵਾਂਗੇ, ਉਹਨਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਉਹਨਾਂ ਕੋਲ ਕਿੰਨੀਆਂ ਕਿੰਨੀਆਂ ਗਊਆਂ ਹੈਗੀਆਂ ਅਤੇ ਕਿੰਨੀ ਕਪੈਸਿਟੀ ਵੱਧ ਕਿੰਨੀਆਂ ਕਿੰਨੀਆਂ ਘੱਟੀਆਂ ਅਤੇ ਕਿੱਦਾਂ ਦੀ ਉਹ ਦੇਖਭਾਲ ਕਰਦੇ ਨੇ, ਇੱਕ ਰਿਪੋਰਟ ਲਵਾਉਂਦੇ ਵੈਟਰਨਰੀ ਅਫਸਰ ਤੋਂ ਅਤੇ ਉਹਦੇ ਬੇਸ 'ਤੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ। ਕੁਛ ਇਹਨਾਂ ਨੇ ਟਾਈਮ ਵੀ ਦਿੱਤਾ ਤੁਹਾਨੂੰ ਪਿੱਛੇ ਦੇ ਵੀ ਟਾਈਮ ਵਾਲੇ ਮੈਨੂੰ ਮਿਲ ਕੇ ਵੀ ਇਹਨੂੰ ਟਾਈਮ ਲੱਗੇਗਾ, ਅਸੀਂ ਦੱਸ ਦਿੱਤਾ ਸਾਨੂੰ ਇਸ ਪ੍ਰੋਸੈਸ ਨੂੰ ਲੱਗ ਜਾਣਗੇ, ਪਹਿਲਾਂ ਤਾਂ ਅਸੀਂ ਇਨਫੋਰਮੇਸ਼ਨ ਲਵਾਂਗੇ, ਇਨਫੋਰਮੇਸ਼ਨ ਲੈ ਕੇ ਉਸ ਤੋਂ ਬਾਅਦ ਅਸੀਂ ਉਹਦੀ ਜੋ ਵੀ ਹੈਗੀ ਪੜਚੋਲ ਕਰਾਂਗੇ ਕਿ ਕੀ ਕਮੀਆਂ ਨੇ, ਕਿੱਥੇ ਅਸੀਂ ਗਊਆਂ ਹੋਰ ਰੱਖ ਸਕਦੇ ਹਾਂ ਅਤੇ ਉਹ ਸਾਰਾ ਕਰਕੇ ਪੁਲਿਸਾਂ ਨਾਲ ਗੱਲ ਕਰਕੇ ਜੋ ਵੀ ਬੈਸਟ ਹੋਏਗਾ ਇਹਨਾਂ ਨੂੰ ਨਾਲ ਲੈ ਕੇ ਅਸੀਂ ਕਰਾਂਗੇ। ਫਗਵਾੜਾ ਤੋਂ ਮਨੂੰ ਚਾਵਲਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।